श्रीकर भगवान वाल्मीकि जी के जीत दिवस संबंधी भगवान वाल्मीकि मंदिर कमेटी वालों प्रधान मंगा मट्टू सरपरस्त रेशम लाल गिल वाइस प्रधान मंगत राज संदीप थापर और खजानची सोमराज थापर की अगवाई च भगवान वाल्मीकि मंदिर मोहल्ला बागवाला शाहकोट तो विशाल शोभा यात्रा सजाई गई इस मौके परमिंदर सिंह पिंदर पंडोरी हलका इंचार्ज आप राणा हरदीप सिंह सीनियर भाजपा आगू ਬਚਿੱਤਰ ਸਿੰਘ ਕੋਹਾੜ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਸ਼ਾਹਕੋਟ ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ ਜਦ ਕਿ ਹਰਦੇਵ ਸਿੰਘ ਲਾੜੀ ਸ਼ੇਰੋਵਾਲੀਆ ਵਿਧਾਇਕ ਹਲਕਾ ਸ਼ਾਹਕੋਟ ਅਤੇ ਜਥੇਦਾਰ ਸੁਲੱਖਣ ਸਿੰਘ ਨਿਮਾਜੀਪੁਰ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਉੱਚੇ ਚੇਤੇ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਲਾੜੀ ਸ਼ੇਰੋਵਾਲੀਆ ਪਿੰਦਰ ਪੰਡੋਰੀ ਰਾਣਾ ਹਰਦੀਪ ਬਚਿੱਤਰ ਕੋਹਾੜ ਹਤੇ ਜਥੇਦਾਰ ਸੁਲੱਖਣ ਸਿੰਘ ਨੇ ਸਮੂਹ ਸੰਗਤਾਂ ਨੂੰ ਭਗਵਾਨ ਵਾਲਮੀਕੇ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਇਹ ਸ਼ੋਭਾ ਯਾਤਰਾ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਮੋਹੱਲਿਆਂ ਬਾਜ਼ਾਰਾਂ ਵਿੱਚੋਂ ਦੀ ਹੁੰਦੀ ਹੋਈ ਦੇਰ ਸ਼ਾਮ ਮੰਦਿਰ ਵਿਖੇ ਸਮਾਪਤ ਹੋਈ ਇਸ ਮੌਕੇ ਸ਼ੋਭਾ ਯਾਤਰਾ ਦਾ ਦੁਕਾਨਦਾਰਾਂ ਸਮਾਜ ਸੇਵੀ ਸੰਸਥਾਵਾਂ ਅਤੇ ਮੋਹੱਲਾ ਨਿਵਾਸੀਆਂ ਵੱਲੋਂ ਪਰਵਾਸ ਸਵਾਗਤ ਕੀਤਾ ਗਿਆ ਤੇ ਸ਼ੋਭਾ ਯਾਤਰਾ ਜੋ ਸ਼ਾਮਲ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਇਸ ਮੌਕੇ ਵੱਡੀ ਗਿਣਤੀ ਚ ਸੰਗਤਾਂ ਫੁੱਲਾ ਨਾਲ ਸਜੀ ਪਾਲਕੀ ਦੇ ਪਿੱਛੇ ਭਗਵਾਨ ਵਾਲਮੀਕ ਜੀ ਦਾ ਗੁੰਗਾਨ ਕਰ ਰਹੀਆਂ ਸਨ ਇਸ ਮੌਕੇ ਪ੍ਰਬੰਧਕਾਂ ਵੱਲੋਂ ਮਹਿਮਾਨਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨ ਆਤਮਾਹਾਰਾਜ ਕੀ ਜੋ ਜੋ ਅੱਜ ਦੀ ਵਿਸ਼ਾਲ ਸ਼ੋਭਾ ਯਾਤਰਾ ਮਹੱਲਾ ਬਾਗਵਾਲਾ ਸ਼ਾਹਕੋਟ ਤੋਂ ਨਿਕਲ ਰਹੀ ਆ ਸਮੂਹ ਸ਼ਹਿਰ ਵਾਸੀਆਂ ਦੇ ਮਹੱਲੇਵਾਂ ਮਹੱਲੇ ਵਾਲਿਆਂ ਦੇ ਸਹਿਯੋਗ ਦੇ ਨਾਲ ਜਿਸ ਦੇ ਵਿੱਚ ਸ਼ਿਕ੍ਰਿਤ ਕਰਨ ਵਾਸਤੇ ਧਾਰਮਿਕ ਸ਼ਖਸੀਤਾਂ, ਰਾਜਨੀਤਿਕ ਸ਼ਖਸੀਤਾਂ ਤੇ ਵਪਾਰਕਦਾਰਾਂ ਦੇ ਸਾਰੇ ਹੀ ਸ਼ਹਿਰ ਵਾਸੀ, ਹਲਕੇ ਵਾਸੀ ਅੱਜ ਦੀ ਸ਼ੋਭਾ ਯਾਤਰਾ ਵਿੱਚ ਹਿੱਸਾ ਲੈ ਰਹੇ ਆ। ਮੈਂ ਸਾਰੇ ਜਿੰਨੇ ਵੀ ਇੱਥੇ ਰਾਜਨੀਤਿਕ ਪਾਰਟੀਆਂ ਦੇ ਜਾਂ ਹੋਰ ਧਾਰਮਿਕ ادارਿਆਂ ਦੇ ਜਿੰਨੇ ਵੀ ਇੱਥੇ ਸਾਡੇ ਸੱਦੇ ਹੋਏ ਸੱਜਣ ਪਹੁੰਚੇ ਆ ਇਹਨਾਂ ਨੂੰ ਜੀ ਆਇਆਂ ਵੈਲਕਮ ਆਖਦਾ ਵਾਂ ਤੇ ਇਹਨਾਂ ਨੂੰ ਮੈਂ ਨਾਲ ਵਾਲਮੀਕ ਸ਼ੋਭਾ ਯਾਤਰਾ ਵਿੱਚ ਚੱਲਣ ਲਈ ਇਹ ਸਪੈਸ਼ਲ ਆਖਦਾ ਹਾਂ ਕਿ ਪੂਰੇ ਸ਼ਹਿਰ ਦੇ ਪ੍ਰਕਰਮਾ ਕਰਦੇ ਹੋਏ ਜੋ ਸਾਡੀਆਂ ਥੋੜੇ ਦਿਨ ਤੋਂ ਪਹਿਲਾਂ ਪ੍ਰਭਾਤ ਫੇਰੀਆਂ ਨਿਕਲੀਆਂ ਸੀ ਤਿੰਨ ਤਰੀਕ ਤੋਂ ਬੜੀਆਂ ਹੀ ਵਧੀਆਂ ਤੇ ਬੜਿਆਂ ਸੰਗਤਾਂ ਨੇ ਵਿੱਚ ਉਹਦੇ ਉਤਸ਼ਾਹ ਦੇ ਨਾਲ ਹਿੱਸਾ ਲਿਆ ਸੀ ਜਿਸ ਤੱਕ ਕਿ ਰਮਾਇੰਦ ਸਾਹਿਬ ਦਾ 3 ਦਿਨਾਂ ਦਾ ਪਾਠ 14 ਤਰੀਕ ਤੋਂ ਲੈ ਕੇ 16 ਤਰੀਕ ਤੱਕ ਪਾਠ ਹੋਇਆ ਜਿਸ ਦੇ ਵਿੱਚ ਸੰਤ ਬਾਬਾ ਪ੍ਰਕਾਸ਼ਦਾਸ ਜੀ ਬਾਲ ਜੋਗੀ ਜੀ ਨੇ ਰਹੀਮਪੁਰ ਵਾਲਿਆਂ ਨੇ ਹਿੱਸਾ ਜਾ ਕੇ ਲਿਆ ਸੀਗਾ ਤੇ ਅੱਜ ਦੇ ਜਿਹੜਾ ਨਗਰ ਕੀਰਤਨ ਨਿਕਲ ਰਿਹਾ ਵਾ ਸਮੂਹ ਸ਼ਹਿਰ ਵਾਸੀਆਂ ਦਾ ਇੱਥੇ ਪਹੁੰਚਣ ਤੇ ਤੇ ਰਾਜਨੀਤਿਕ ਦਾਰਿਆਂ ਦੇ ਪਾਰਟੀਆਂ ਦੇ ਇੱਥੇ ਨੁਮਾਇੰਦਿਆਂ ਦਾ ਪਹੁੰਚਣ ਤੇ ਜੀ ਆਇਆਂ ਧੰਨਵਾਦ ਆਖਦੇ ਆ ਜੋ ਬੋਲੇ ਸੋਨਰ ਪਹਿ ਭਗਵਾਨ ਵਾਲਮੀਕ ਮਹਾਰਾਜ ਕੀ ਜੈ